ਪੰਜਾਬ ਦੀ ਧਰਤੀ ਤੇ ਦੁਆਬੇ ਦੇ ਸ਼ਹਿਰ ਜਲੰਧਰ ਦੀ ਬੁਕਲ ਵਿੱਚ ਵਸਿਆ ਪਿੰਡ ਪਤਾਰਾ ਵਿਸ਼ਵ ਪੱਧਰ ਤੇ ਜਾਣਿਆ ਪਛਾਣਿਆ ਜਾਂਦਾ। ਇਸ ਪਿੰਡ ਨੇ ਪਿੰਡ ਦੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਅਥਾਹ ਤਰੱਕੀ ਕੀਤੀ ਹੈ ਤੇ ਵਿਕਾਸ ਦੀਆਂ ਮੰਜ਼ਲਾਂ ਨੂੰ ਛੂਹਿਆ। ਪਿੰਡ ਦੀਆਂ ਸੁੰਦਰ ਗਲੀਆਂ ਇੱਕ ਵਿਕਾਸਸ਼ੀਲ ਪਿੰਡ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀਆਂ ਨੇ। ਪਿੰਡ ਵਿੱਚ ਜਿੱਥੇ ਆਲੀਸ਼ਾਨ ਗੁਰਦੁਆਰਾ ਸਾਹਿਬ ਸੁਸ਼ੋਭਿਤ ਨੇ, ਉੱਥੇ ਹੀ ਇੱਕ ਮੰਦਰ ਵੀ ਹਿੰਦੂ ਸਿੱਖ ਭਾਈਚਾਰੇ ਦੀ ਭਾਈਚਾਰਕ ਸਦਭਾਵਨਾ ਨੂੰ ਬਖੂਬੀ ਬਿਆਨ ਕਰ ਰਿਹਾ ਹੈ। ਪਿੰਡ ਵਿੱਚ ਮੈਰਿਜ ਪੈਲਸ ਦੀ ਵੀ ਸੁਵਿਧਾ ਉਪਲਬਧ ਹੈ। ਪਿੰਡ ਦੇ ਪ੍ਰਵਾਸੀ ਪੰਜਾਬੀ ਸੁਖੀ ਬਾਠ ਦੇ ਯਤਨਾਂ ਸਦਕਾ ਇਸ ਪਿੰਡ ਨੇ ਆਪਣੇ ਆਸ ਪਾਸ ਦੇ ਨੇੜਲੇ ਪਿੰਡਾਂ ਨਾਲੋਂ ਵਿਲੱਖਣ ਤਰੱਕੀ ਦੀਆਂ ਮੰਜ਼ਲਾਂ ਨੂੰ ਛੂਹਿਆ। ਇਸ ਪਿੰਡ ਦੇ ਉਦਮੀ ਨੌਜਵਾਨ ਲੜਕੇ ਤੇ ਲੜਕੀਆਂ ਵੱਲੋਂ ਪਿੰਡ ਦੇ ਵਿਕਾਸ ਲਈ ਸੁਖੀ ਬਾਠ ਸੇਵਾ ਸੁਸਾਇਟੀ ਬਣਾਈ ਗਈ ਹੈ। ਇਹ ਸੇਵਾ ਸੁਸਾਇਟੀ ਜਿੱਥੇ ਹਰ ਸਾਲ ਪਿੰਡ ਵਿੱਚ ਇੱਕ ਵਿਸ਼ਾਲ ਆਪਰੇਸ਼ਨ ਕੈਂਪ ਦਾ ਆਯੋਜਨ ਕਰਦੀ ਹੈ, ਇਸ ਵਾਰ ਇਸ ਕਲੱਬ ਨੇ ਪ੍ਰਵਾਸੀ ਪੰਜਾਬੀ ਸੁਖੀ ਬਾਠ ਦੇ ਯਤਨਾਂ ਸਦਕਾ ਜਿੱਥੇ ਇੱਕ ਕੈਂਪ ਦਾ ਆਯੋਜਨ ਕੀਤਾ, ਉੱਥੇ ਹੀ 6 ਗਰੀਬ ਲੜਕੀਆਂ ਦੇ ਹੱਥ ਪੀਲੇ ਕਰਕੇ ਇੱਕ ਵੱਡੇ ਪੁੰਨ ਦਾ ਕਾਰਜ ਵੀ ਕੀਤਾ, ਜਿਸ ਦੀ ਪੂਰੇ ਦੁਆਬਾ ਖੇਤਰ ਦੇ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ। ਸੁਖੀ ਬਾਠ ਸੇਵਾ ਸੁਸਾਇਟੀ ਵੱਲੋਂ ਪਹਿਲੇ ਦਿਨ ਇੱਕ ਵਿਸ਼ਾਲ ਅੱਖਾਂ ਦਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਦੀਆਂ ਟੀਮਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ ਤੇ ਇਸ ਕੈਂਪ ਵਿੱਚ 1500 ਦੇ ਕਰੀਬ ਲੋੜਵੰਦ ਮਰੀਜ਼ਾਂ ਨੇ ਆਪਣੀ ਜਾਂਚ ਕਰਵਾ ਕੇ ਐਨਕਾਂ ਤੇ ਦਵਾਈਆਂ ਹਾਸਲ ਕੀਤੀਆਂ। ਡਾਕਟਰਾਂ ਦੀਆਂ ਟੀਮਾਂ ਨੇ ਪੂਰੀ ਤਨਦੇਹੀ ਦੇ ਨਾਲ ਮਰੀਜ਼ਾਂ ਦਾ ਨਿਰੀਖਣ ਕੀਤਾ
ਤੇ ਲਗਭਗ 250 ਲੋੜਵੰਦ ਮਰੀਜ਼ਾਂ ਦੇ ਆਪਰੇਸ਼ਨ ਵੀ ਕੀਤੇ ਗਏ। ਆਪਰੇਸ਼ਨ ਵਾਲੇ ਮਰੀਜ਼ਾਂ ਦੀ ਤੰਦਰੁਸਤੀ ਲਈ ਹਰ ਤਰ੍ਹਾਂ ਦੀ ਸੁਵਿਧਾ ਉਪਲਬਧ ਕਰਵਾਈ ਗਈ। ਸੁੱਖੀ ਵਾਠ ਆ ਜੀ, ਅਤੇ ਤੁਸੀਂ ਮੇਰੇ ਖੱਬੇ ਸੱਜੇ ਜਾਂ ਮੇਰੇ ਪਿਛਲੇ ਪਾਸੇ ਦੇਖ ਰਹੇ ਹੋ, ਸੁੱਖੀ ਵਾਠ ਸੇਵਾ ਕਲੱਬ ਦੇ ਵੋਲੰਟੀਅਰ ਜਿਹੜੇ ਕਿ ਅਣਥੱਕ ਮਿਹਨਤ ਕਰਦੇ ਨੇ ਹਰੇਕ ਸਾਲ ਕੈਂਪ ਦੇ ਵਿੱਚ। ਇਹਨਾਂ ਤੋਂ ਬਿਨਾਂ ਇਹ ਕੈਂਪ ਕਦੀ ਵੀ ਕਾਮਯਾਬ ਨਹੀਂ ਹੋ ਸਕਦਾ। ਇੰਨੀ ਮਿਹਨਤ ਕਰਦੇ ਨੇ ਜਿਨ੍ਹਾਂ ਦਾ ਮੈਂ ਵੈਸੇ ਜ਼ਿਕਰ ਵੀ ਨਹੀਂ ਕਰ ਸਕਦਾ। ਔਰ ਬਾਕੀ ਮੈਂ ਆਪਣੇ ਸਾਰੇ ਦਰਸ਼ਕਾਂ ਨਾਲ ਇਹ ਵੀ ਸਾਂਝ ਪਾਉਣੀ ਚਾਹੁੰਦਾ ਹਾਂ ਕਿ ਪਤਾਰਾ ਪਿੰਡ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਬੜਾ ਕਾਮਯਾਬ ਕੈਂਪ ਚੱਲ ਰਿਹਾ ਹੈ, ਜਿਹਦੇ ਵਿੱਚ ਬਹੁਤ ਸਾਰੇ ਮਰੀਜ਼ ਹਰ ਸਾਲ ਦੀ ਤਰ੍ਹਾਂ ਪਹੁੰਚਦੇ ਨੇ। ਅਤੇ ਇਹ ਸਾਡਾ ਇਸ ਸਾਲ ਦਾ 27ਵਾਂ ਕੈਂਪ ਹੈ। ਟੋਟਲ 35 ਕੈਂਪ ਨੇ, 20,000 ਤੋਂ 25,000 ਦੇ ਵਿੱਚ ਮਰੀਜ਼ ਚੈੱਕ ਹੋਏ ਨੇ, 6 ਤੋਂ 7,000 ਦੇ ਵਿੱਚ ਅੱਖਾਂ ਬਣਨੀਆਂ ਨੇ। ਹੁਣ ਤੱਕ ਤਕਰੀਬਨ 900 ਦੇ ਕਰੀਬ OPD ਜਾਣੀ ਕਿ ਚੈੱਕਅਪ ਹੋ ਚੁੱਕੀ ਆ। ਬਾਕੀ ਹਾਲੇ ਜਿਹੜੇ ਆਪਰੇਸ਼ਨ ਕਿੰਨੇ ਹੋਣੇ ਉਹਦਾ ਵੇਰਵਾ ਮੇਰੇ ਲਈ ਦੱਸਣਾ ਥੋੜ੍ਹਾ ਮੁਸ਼ਕਲ ਹੈ, ਕਰਕੇ ਬਹੁਤ ਸਾਰੇ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਮੈਂ ਗੈਸ ਕਰਦਾ ਵੀ 300-325 ਦੇ ਕਰੀਬ ਤੇ ਆਪਰੇਸ਼ਨ ਹੋ ਹੀ ਜਾਣਗੇ। ਤੋਂ ਬੜੀ ਖੁਸ਼ੀ ਦੀ ਗੱਲ ਆ ਅਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਜੀਤ ਸਿੰਘ ਹੈ ਅਤੇ ਮੈਂ ਸੁੱਖੀ ਵਾਠ ਸੇਵਾ ਕਲੱਬ ਦਾ ਮੈਂਬਰ ਹਾਂ। ਸੁੱਖੀ ਵਾਠ ਸੇਵਾ ਕਲੱਬ ਨੇ ਅਜੇ ਤੱਕ 13 ਕੈਂਪ ਲਾਏ ਨੇ, 7 ਕੈਂਪ ਤਾਰੇ ਵਿੱਚ ਲਾਏ ਨੇ। ਇੱਥੇ ਮਰੀਜ਼ਾਂ ਨੂੰ ਬਹੁਤ ਹੀ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ, ਜਿੱਦਾਂ ਕਿ ਖਾਣਾ ਵਗੈਰਾ ਇੱਥੇ ਪ੍ਰੋਵਾਈਡ ਕੀਤਾ ਜਾਂਦਾ ਆ, ਅਤੇ ਹੋਰ ਵੀ ਸੌਣ ਵਗੈਰਾ ਦਾ ਪੂਰਾ ਅਰੇਂਜਮੈਂਟ ਹੁੰਦਾ ਆ ਕਿ ਇੱਥੇ ਮਰੀਜ਼ ਆਪਣੀ ਰਾਤ ਕੱਟ ਸਕਣ। ਦੂਜੇ ਦਿਨ ਕਰਵਾਏ ਗਏ ਮਹਾਨ ਕੰਨਿਆ ਦਾਨ ਵਿੱਚ 6 ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਗਏ। ਵਿਆਹ ਸਮਾਗਮ ਵਿੱਚ ਸੁੱਖੀ ਬਾਠ ਵੱਲੋਂ ਇੱਕ ਵਿਸ਼ਾਲ ਮੈਰਿਜ ਪੈਲਸ ਦਾ ਪ੍ਰਬੰਧ ਵੀ ਕੀਤਾ ਗਿਆ, ਜਿੱਥੇ ਬਰਾਤ ਟੁੱਕਣ ਤੋਂ ਲੈ ਕੇ ਡੋਲੀ ਦੀ ਵਿਦਾਇਗੀ ਤੱਕ ਦੀਆਂ ਸਾਰੀਆਂ ਰਸਮਾਂ
ਸੁੱਖੀ ਬਾਟ ਹੋਰਾਂ ਨੇ ਆਪਣੇ ਦੇਖ ਰੇਖ ਹੇਠ ਕੀਤੀਆਂ। ਬਰਾਤ ਢੁੱਕਣ ਵੇਲੇ ਦੋਵੇਂ ਧਿਰਾਂ ਦੇ ਸਵਾਗਤ ਲਈ ਸੁੱਖੀ ਬਾਟ ਹਰ ਬਰਾਤੀ ਨੂੰ ਜੀ ਆਇਆਂ ਨੂੰ ਆਖਦੇ ਤੇ ਫਿਰ ਅਰਦਾਸ ਉਪਰੰਤ ਮਿਲਣੀ ਦੀ ਰਸਮ ਕੀਤੀ ਗਈ। ਦੀ ਦਹਲੀਜ਼ ਤੇ ਟੁੱਕਣ ਵੇਲੇ ਜਿਹੜਾ ਚਾ ਹਰ ਨਵ ਵਿਆਹੇ ਮੁੰਡੇ ਨੂੰ ਹੁੰਦਾ ਹੈ, ਇੱਥੇ ਵਿਆਹਣ ਲਈ ਆਏ ਮੁੰਡਿਆਂ ਦੇ ਚਿਹਰੇ ਤੇ ਵੀ ਬਖੂਬੀ ਵੇਖਣ ਨੂੰ ਮਿਲਿਆ। ਵੱਲੋਂ ਰੀਬਨ ਕੱਟਣ ਦੀ ਰਸਮ ਹੋਈ ਤੇ ਅੱਗੇ ਬਰਾਤ ਲਈ ਚਾਹ, ਮਠਿਆਈ, ਪਕੌੜਿਆਂ ਦਾ ਪ੍ਰਬੰਧ ਵੀ ਸੀ, ਜਿਸ ਨੂੰ ਹਰ ਬਰਾਤੀ ਨੇ ਬੜੇ ਸਤਿਕਾਰ ਨਾਲ ਛਕਿਆ। ਚਾਹ ਉਪਰੰਤ ਸੁੱਖੀ ਬਾਟ ਜੀ ਦੇ ਘਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਚਾਰ ਲਾਵਾਂ ਦੇ ਪਾਠ ਉਪਰੰਤ ਇਹ ਜੋੜੇ ਵਿਆਹ ਬੰਧਨ ਵਿੱਚ ਬੱਜ ਕੇ ਇੱਕ ਦੂਜੇ ਦੇ ਹੋ ਗਏ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜੇ ਸਤਿਗੁਰ ਨਦਰ ਕਰੇ, 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 ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਨਿਮਕ ਵੇ ਕੁਮਾਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ, ਮਨ ਤਨ ਸੀਤਲ ਹੋਏ, ਜਿਸ ਕੋ ਪੂਰਬ ਹਰ ਪ੍ਰਭ ਏਕੋ ਹਰ ਜਗ ਲੰਗਰਾਏ। ਗੁਰੂ ਘਰ ਦੀਆਂ ਬਖਸ਼ੀਸ਼ਾਂ ਹਾਸਲ ਕਰਕੇ ਨਵੀਂ ਜ਼ਿੰਦਗੀ ਨੂੰ ਨਵੇਂ ਨਵੇਕਲੇ ਚਾਵਾਂ ਨਾਲ ਜਿਉਣ ਦਾ ਸੰਕਲਪ ਤੇ ਮਹਾਨ ਦਾਨੀ ਸੁੱਖੀ ਬਾਟ ਦੀ ਲੰਮੀ ਉਮਰ ਦੀਆਂ ਦੁਆਵਾਂ ਨਵੇਂ ਵਿਆਹੇ ਜੋੜਿਆਂ ਦੇ ਚਿਹਰਿਆਂ ਤੇ ਆਮ ਵੇਖਣ ਨੂੰ ਮਿਲ ਰਹੀਆਂ ਸਨ। ਵਾਹਿਗੁਰੂ ਜੀ ਕੀ ਫਤਿਹ। ਮੈਂ ਬਸ ਬਹੁਤਾ ਟਾਈਮ ਨਹੀਂ ਲੈਣਾ, ਮੈਨੂੰ ਪਤਾ ਟਾਈਮ ਬਹੁਤ ਹੋ ਚੁੱਕਾ ਹੈ। ਮੈਂ ਪਹਿਲਾਂ ਤਾਂ ਆਪਣੇ
ਕਲੱਬ ਦੇ ਸੁੱਖੀ ਵਾਰਡ ਸੇਵਾ ਕਲੱਬ ਦੇ ਜੋ ਮੇਰੇ ਮੈਂਬਰ ਨੇ ਕੱਲ੍ਹ ਤੋਂ ਜਿਵੇਂ ਕਿ ਅੱਖਾਂ ਦਾ ਕੈਂਪ ਚੱਲ ਰਿਹਾ ਸੀਗਾ, ਅੱਜ ਸਰਦੀਆਂ ਦੀ ਰਸਮ ਹੋਈ ਹੈ, ਉਹ ਸਾਰੇ ਹੀ ਬੱਚਿਆਂ ਦਾ ਮੈਂ ਬਹੁਤ ਤਹਿ ਦਿਲ ਤੋਂ ਧੰਨਵਾਦ ਹਾਂ, ਜਿਹੜੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਉਸ ਤੋਂ ਬਾਅਦ ਸਾਡੇ ਗੁਰਦੁਆਰਾ ਸਾਹਿਬ ਦਾ ਪ੍ਰਬੰਧਕ ਕਮੇਟੀ, ਜਿਹੜੇ ਹਰੇਕ ਸਾਲ ਧਾਰਮਿਕ ਰਸਮਾਂ ਵਿੱਚ ਮੈਨੂੰ ਬਹੁਤ ਹੀ ਸਹਿਯੋਗ ਦਿੰਦੇ ਨੇ, ਗ੍ਰੰਥੀ ਸਾਹਿਬਾਨ ਕੀਰਤਨ ਜਥਾ, ਇਹਨਾਂ ਦੇ ਬਹੁਤ ਤਹਿ ਦਿਲ ਤੋਂ ਧੰਨਵਾਦੀ ਹਾਂ, ਬਹੁਤ ਹੀ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਛੇ ਲੜਕੇ ਅਤੇ ਉਹਨਾਂ ਦੇ ਮਾਂ ਪਿਓ ਦਾ ਜਿਹੜੇ ਅੱਜ ਮੇਰੇ ਘਰ ਦੇ ਆਪਣੇ ਬੱਚੇ ਦੀ ਜੰਗ ਲੈ ਕੇ ਆਏ ਨੇ, ਬੜਾ ਇਹਨਾਂ ਦਾ ਰਿਣੀ ਆ, ਬੜਾ ਇਹਨਾਂ ਦਾ ਦੇਣਦਾਰ ਆ, ਸੱਚ ਮੈਂ ਧੰਨਵਾਦ ਕਰਨਾ ਚਾਹੁੰਦਾ ਛੇ ਬੱਚਿਆਂ ਦੇ ਪਰਿਵਾਰਾਂ ਦਾ ਜਿਹਨਾਂ ਨੇ ਅੱਜ ਮੈਨੂੰ ਬਹੁਤ ਵੱਡਾ ਮਾਣ ਦਿੱਤਾ, ਬਹੁਤ ਵੱਡਾ ਸਨਮਾਨ ਦਿੱਤਾ ਮੇਰੇ ਘਰ ਨੂੰ। ਤੁਹਾਨੂੰ ਸੱਚ ਜਾਣਿਓ ਅੱਜ ਜਦੋਂ ਇਸ ਘਰ ਵਿੱਚੋਂ ਸ਼ਹੀਦ ਹੋਈਆਂ ਵਿਦਾ ਹੋਣਗੀਆਂ, ਮੈਂ ਹੀ ਕਹਿੰਦਾ ਵੀ ਵਾਹਿਗੁਰੂ ਕਿੱਦਾਂ ਕਲਿਆ ਲੈਂਦੇ। ਸੋ ਭਾਈ ਵੀਰ ਸਾਹਿਬ ਵੀ ਆਏ ਨੇ, ਪੰਜ ਸਾਹਿਬ ਪੜ ਆਏ ਨੇ, ਮੇਰੇ ਬੜੇ ਡਿਗਰੀ ਦੋਸਤ ਨੇ, ਉਹਨਾਂ ਦਾ ਧੰਨਵਾਦ ਆ। ਅਤੇ ਸਭ ਤੋਂ ਜ਼ਿਆਦਾ ਹੋਰ ਵੀ ਧੰਨਵਾਦ ਦਿਆਂ, ਮੈਂ ਅਕਸਰ ਵੇਖਦਾ ਕਿ ਜਦੋਂ ਇੱਕ ਸ਼ਾਦੀ ਵੀ ਹੁੰਦੀ ਆ, ਜੋ ਘਰ ਜਾਂ ਕਿਤੇ ਵੀ ਹਲਾ ਹੋਈ ਹੁੰਦੀ ਆ ਕਿ ਹੋ ਗਿਆ ਆਹ ਹੋ ਗਿਆ ਆਹ ਹੋ ਗਿਆ, ਮੇਰਾ ਖਿਆਲ ਅੱਜ ਇੰਨੀ ਸ਼ਾਂਤੀ ਪੂਰਕ ਸਮੇਂ ਦੇ ਨਾਲ ਅੱਜ ਸ਼ਾਦੀਆਂ ਹੋਈਆਂ ਨੇ, ਬੇਸ਼ੱਕ 6 ਸ਼ਾਦੀਆਂ ਸਨ, ਪਰ ਸਵਾਦ ਆ ਗਿਆ ਆਪਣਾ, ਸਾਰੀ ਸੰਗਤ ਨੇ ਵੀ ਬੜਾ ਮਾਣ ਦਿੱਤਾ ਅਤੇ ਸਾਰੀ ਸੰਗਤ ਅੱਜ ਮੇਰੇ ਘਰ ਆਈ ਹੈ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਜੀਆਂ ਨੂੰ ਬਹੁਤ ਬਹੁਤ ਪਿਆਰ ਦੀ ਸਤਿ ਸ਼੍ਰੀ ਅਕਾਲ, ਅਤੇ ਇੰਨਾ ਹੀ ਜਿੰਦਾ ਹੋਇਆ ਮੈਂ ਹੁਣ ਪਰਮਜੀਤ ਰਾਜਪੁਰ ਇੱਕ ਤੋਂ ਮਿਲਣੇ ਆਪਣੇ ਵਿਚਾਰ ਪੇਸ਼ ਕਰਨਗੇ। ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਸਾਡੇ MLA ਸਾਹਿਬ ਨੇ PMD ਵੀ ਆਏ ਨੇ ਸ਼ਹਿਰ ਦੇ ਅੰਦਰੋਂ, ਮੈਂ ਤੁਹਾਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਅਸੀਂ ਮੈਂ ਛੋਟੀਆਂ ਦੀ ਰਸਮ ਵੀ ਬਹੁਤ ਵਧੀਆ ਤਰੀਕੇ ਨਾਲ ਕਰਨੀ ਚਾਹੁੰਦਾ, ਟਾਈਮ ਉਹਨਾਂ ਦੇ ਲਵਾ ਕੇ ਆਪਾਂ ਛੋਟੀ ਸਪੀਚਾਂ ਰੱਖਦੇ ਹਾਂ, ਮੈਂ ਵੀ ਸਮਾਪਤੀ ਕਰਦਾ ਇੱਕ ਵਾਰੀ ਸਾਰੇ ਰਾਜ ਦੇ ਦੌਰਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਹੋਏ ਮਹਿਮਾਨਾਂ ਨੇ ਜੋੜਿਆਂ ਨੂੰ ਸ਼ਗਨ ਭੇਟ ਕੀਤਾ ਤੇ ਆਸ਼ੀਰਵਾਦ ਵੀ ਦਿੱਤਾ। ਇਸ ਉਪਰੰਤ ਬਰਾਤੀ ਸੱਜਣਾਂ ਲਈ ਰੋਟੀ ਦਾ ਪ੍ਰਬੰਧ ਵੀ ਕੀਤਾ ਗਿਆ। ਸੁਖੀ ਬਾਟ ਸੇਵਾ ਸੁਸਾਇਟੀ ਦੇ ਵਲੰਟੀਅਰਾਂ ਵੱਲੋਂ ਲੰਗਰ ਦੀ ਸੇਵਾ ਵਿੱਚ ਲਾਈਆਂ ਡਿਊਟੀਆਂ ਬੜੀ ਤਨਦੇਹੀ ਤੇ ਸੁਚੱਜੇ ਢੰਗ ਨਾਲ ਨਿਭਾਈਆਂ ਗਈਆਂ। ਬਰਾਤੀਆਂ ਦੇ ਲੰਗਰ ਛਕਦਿਆਂ ਹੀ ਵਿਆਹੇ ਹੋਏ ਜੋੜਿਆਂ ਨੂੰ ਮੈਰਿਜ ਪੈਲਸ ਦੇ ਮੰਚ ਤੇ ਬਿਠਾਇਆ ਗਿਆ ਤੇ ਸਾਰੀਆਂ ਰਸਮਾਂ ਹੋਣ ਉਪਰੰਤ ਸੁਖੀ ਬਾਟ ਵੱਲੋਂ ਧੀਆਂ ਦੀ ਡੋਲੀ ਵੀ ਆਪਣੇ ਹੱਥਾਂ ਨਾਲ ਤੋਰੀ ਤੇ ਇਹਨਾਂ ਮਾਣ ਮਤੀਆਂ ਧੀਆਂ ਨੂੰ ਸਹੁਰੇ ਘਰ ਪਿਆਰ ਵਿੱਚ ਵੰਡਣ ਦੀ ਪ੍ਰੇਰਣਾ।